ਖੰਨਾ ਪਹੁੰਚੇ ਰਾਜਨਾਥ ਸਿੰਘ ਦਾ, ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਗਿਆ। ਕਾਲੇ ਝੰਡੇ ਲੈ ਕੇ ਪਹੁੰਚੇ ਕਿਸਾਨਾਂ ਨੇ ਇੱਥੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਭਾਜਪਾ ਖਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰਦੇ ਕਿਸਾਨਾਂ ਦੀ ਪੁਲਿਸ ਦੇ ਨਾਲ ਹਲਕਾ ਧੱਕਾਮੁੱਕੀ ਵੀ ਹੋਈ ਹੈ। ਜਿਵੇਂ ਤੁਹਾਨੂੰ ਦੱਸ ਦਈਏ, ਪੁਲਿਸ ਨੇ ਅੱਧਾ ਕਿਲੋਮੀਟਰ ਦੂਰ ਅਨਾਜ ਮੰਡੀ ਦੇ ਗੇਟ 'ਤੇ ਕਿਸਾਨਾਂ ਨੂੰ ਰੋਕ ਲਿਆ ਅਤੇ ਹਲਕੀ ਧੱਕਾਮੁੱਕੀ ਦੀ ਵੀ ਖਬਰ ਆ ਰਹੀ ਹੈ। ਦੱਸ ਦਈਏ ਕਿ ਅੱਜ ਵੱਖ ਵੱਖ ਥਾਵਾਂ 'ਤੇ ਚੋਣ ਪ੍ਰਚਾਰ ਵੱਖ ਵੱਖ ਆਗੂ ਕਰ ਰਹੇ ਨੇ। ਰਾਜਨਾਥ ਸਿੰਘ ਵੀ ਅੱਜ ਖੰਨਾ ਪਹੁੰਚੇ ਸੀ, ਉਹਨਾਂ ਦਾ ਵਿਰੋਧ ਕਰਨ ਦੇ ਲਈ ਕਿਸਾਨ ਜਦ ਇੱਥੋਂ ਗੁਜ਼ਰੇ ਤਾਂ ਉਹਨਾਂ ਨੂੰ ਰਾਹ 'ਚ ਹੀ ਡੱਕ ਦਿੱਤਾ ਗਿਆ। ਜਿਹੜੇ ਜੀ ਕਾਲੇ ਕਾਨੂੰਨ ਕਰੇ ਹੋਏ ਨੇ, ਇੱਕ ਸਾਡਾ 750 ਕਿਸਾਨ ਦਿੱਲੀ ਦੇ ਵਿੱਚ ਸ਼ਹੀਦ ਹੋਇਆ, ਹੁਣ ਫਿਰ ਇਹਨਾਂ ਨੇ ਅਤਰੂ ਗੈਸ ਦੇ ਗੋਲਿਆਂ ਨਾਲ ਫਿਰ ਸੁੱਭ ਕਰਨ ਸ਼ਹੀਦ ਕੀਤਾ, ਉਹਦੇ ਕਰਕੇ ਅਸੀਂ ਇੱਥੇ ਅੱਜ ਵਿਰੋਧ ਕਰਨ ਆਇਆ। ਇਹ ਸਾਨੂੰ ਦਿੱਲੀ ਵੜ ਨਹੀਂ ਦਿੰਦੇ, ਸਾਡੀ ਰਾਜਧਾਨੀ ਆ ਪੰਜਾਬ ਦੀ, ਇਹ ਸਾਡੇ ਹੁਣ ਕਿਹੜੇ ਹੱਕ ਨਾਲ ਵੋਟਾਂ ਮੰਗਣ ਆਏ ਨੇ ਇੱਥੇ? ਇਹ ਅੱਜ ਰਾਜਨਾਥ ਆ ਰਿਹਾ ਤੇ ਭਾਜਪਾ ਦਾ ਵਿਰੋਧ ਕਰਨ ਆਇਆ ਸੀ। ਅੱਗੇ ਪੁਲਿਸ ਵਾਲੇ ਵੀ ਕੋਈ ਰੋਕ ਰਹੇ ਨੇ ਤੁਹਾਨੂੰ? ਰੋਕਣ ਕੋਈ ਗੱਲ ਨਹੀਂ, ਉਹਨਾਂ ਦੀ ਜੌਬ ਆ, ਸਾਡੀ ਜੌਬ ਆ, ਅਸੀਂ ਆਪਣੇ ਹੱਕਾਂ ਲਈ ਖੜੇ ਆ। ਸ਼ਾਂਤਮਈ ਸਾਡਾ ਧਾਨਾ, ਸ਼ਾਂਤਮਈ ਅਸੀਂ ਪ੍ਰਦਰਸ਼ਨ ਕਰਨਾ। ਇਹਨਾਂ ਨੂੰ ਇੱਕ ਵੀ ਵੋਟ ਨਹੀਂ ਪਾਉਣ ਦੇਣੀ, ਇੱਕ ਵੀ ਸੀਟ ਪੰਜਾਬ ਦੇ ਵਿੱਚੋਂ ਭਾਜਪਾ ਨਹੀਂ ਜਿੱਤੂਗੀ। ਇਹਨਾਂ ਦੀਆਂ ਜਮਾਨਤਾਂ ਜਿਹੜੀਆਂ ਜ਼ਬਤ ਹੋਣੀਆਂ ਨੇ ਬਹੁਤ ਬੁਰੀ ਤਰ੍ਹਾਂ ਨਾਲ, ਜਿਸ ਤਰ੍ਹਾਂ ਕਿਸਾਨਾਂ ਨੂੰ ਧਮਕੀ ਵੀ ਦਿੱਤੀਆਂ ਜਾ ਰਹੀਆਂ ਨੇ। ਦੇ ਲੈਣ ਕੋਈ ਗੱਲ ਨਹੀਂ, ਧਮਕੀਆਂ ਤੋਂ ਅੱਗੇ ਕਿਤੇ ਡਰਦੇ ਆ ਕਿਸਾਨ? ਇੱਥੋਂ ਹੀ ਅਸੀਂ ਇੱਥੇ ਦੀ ਪੰਜਾਬ ਦੇ ਵਸਿੰਦੇ ਹਾਂ, ਅਸੀਂ ਦਿੱਲੀ ਦੀ ਹਕੂਮਤ ਤੋਂ ਡਰਨੇ ਵਾਲੇ ਨਹੀਂ, ਅਸੀਂ ਆਪਣੇ ਹੱਕ ਲੈਣੇ ਵਾਲੇ ਹਾਂ। ਇਹ ਜੀ ਜਿਹੜੇ ਸਾਡੇ ਹੁਣ ਵੋਟਾਂ ਮੰਗਣ ਆਏ ਨੇ ਇੱਥੇ, ਠੀਕ ਆ, ਜਦੋਂ ਸਾਡੇ ਹੱਕਾਂ ਦੀ ਗੱਲ ਆਈ ਅਤੇ ਸੰਭੂ ਬੈਰੀਅਰ ਸਾਨੂੰ ਨਹੀਂ ਟੱਪਣ ਦਿੱਤਾ, ਅਸੀਂ ਇਹਨਾਂ ਨੂੰ ਪੰਜਾਬ 'ਚ ਕਿਉਂ ਬਣਨ ਦਈਏ? ਸਾਡਾ ਪੰਜਾਬ ਆ, ਜੇ ਦਿੱਲੀ ਇਹਨਾਂ ਦੀ ਆ, ਹਾਲਾਂਕਿ ਦਿੱਲੀ ਨੂੰ ਦਿੱਲੀ ਜੇ ਅੱਜ ਦਿੱਲੀ ਆ ਤਾਂ ਸਾਡੀ ਬਦੌਲਤ ਆ, ਦਸਤਾਰਾਂ ਦੇ ਅਰਦਾੜੀਆਂ ਦੇ ਬਦੌਲਤ ਆ, ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕਰਕੇ ਦਿੱਲੀ ਲਈ ਹੋਈ ਆ ਇਹ ਅੱਜ ਭੁੱਲ ਗਏ? ਅੱਜ ਕਿਸ ਦਾ ਵਿਰੋਧ ਕਰ ਰਹੇ ਤੁਸੀਂ? ਅਸੀਂ ਜੀ BJP ਦਾ ਵਿਰੋਧ ਕਰਦੇ ਹਾਂ। ਰਾਜਨਾਥ ਸਿੰਘ ਇੱਥੇ ਆਇਆ ਵੋਟਾਂ ਮੰਗਣਾ, ਅਸੀਂ ਉਹਦਾ ਵਿਰੋਧ ਕਰਨਾ ਹੈ। ਮੰਗ ਜਿਹੜੇ ਕਿਸਾਨਾਂ ਦੇ ਨਾਲ ਧੱਕਾ ਹੋਇਆ, ਜਿਹੜਾ ਕਿਸਾਨਾਂ ਨਾਲ ਧੱਕਾ ਹੋਇਆ ਸੰਭੂ ਬੈਰੀਅਰ 'ਤੇ, ਅਸੀਂ ਅੱਜ ਉਹਦਾ ਜਵਾਬ ਮੰਗਣਾ ਆ। ਸ਼ਾਂਤਮਈ ਤਰੀਕੇ ਨਾਲ ਇਹਨਾਂ ਦਾ ਸਵਾਲ ਪੁੱਛਦੇ ਹਾਂ ਪਰ ਸਾਡੇ ਜਵਾਬ ਨਹੀਂ ਦਿੰਦੇ। ਜਿਸ ਤਰ੍ਹਾਂ ਪੁਲਿਸ ਨੇ ਤੁਹਾਨੂੰ ਰੋਕ ਲਿਆ ਰਿਹਾ ਪੁਲਿਸ ਨੇ ਜੀ? ਦੇਖੋ ਇਹ ਤਾਂ ਇਹਨਾਂ ਦਾ, ਦੇਖੋ ਪੰਜਾਬ ਦੇ ਵਿੱਚ ਜੇ ਇਹ ਹਾਲ ਹੁੰਦਾ, ਠੀਕ ਨਹੀਂ ਗੱਲ, ਹੁਣ ਸਾਨੂੰ ਦਿੱਲੀ ਜਾਂਦੇ ਰੋਕਿਆ, ਔਰ ਸਾਨੂੰ ਪੰਜਾਬ ਖੁਦ ਸਾਡੀ ਮੰਡੀ ਹੈ, ਦੂਜੇ ਸੂਬਿਆਂ ਦੀ ਪੁਲਿਸ ਵੀ ਲਾਈ ਗਈ ਤੁਹਾਡੇ ਉੱਪਰ, ਦੂਜੇ ਸੂਬਿਆਂ ਤੋਂ ਉਹੀ ਤਾਂ ਗੱਲ ਕਰਦੇ ਹਾਂ ਵੀ ਪੰਜਾਬ ਦਾ ਐਡਾ ਕੀ ਕਸੂਰ ਹੋ ਗਿਆ।